ਗੁਰਦਾਸਪੁਰ ਵਿੱਚ ਅੱਜ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨਾਂ ਦੇ ਵੱਲੋਂ ਭਾਰਤ ਬੰਦ ਦੇ ਕੀਤੇ ਗਏ ਐਲਾਨ ਦਾ ਹਰ ਵਰਗ ਨੇ ਸਮਰਥਨ ਕੀਤਾ। ਕਿਸਾਨਾਂ ਦੇ ਸਮਰਥਨ ਦੇ ਵਿੱਚ ਦੁਕਾਨਾਂ ਅਤੇ ਬਾਜ਼ਾਰ ਪੂਰੀ ਤਰ੍ਹਾਂ ਬੰਦ ਦੇਖਣ ਨੂੰ ਮਿਲਿਆ ਅਤੇ ਕੋਈ ਰੇੜੀ ਤੱਕ ਵੀ ਨਹੀਂ ਲੱਗੀ ਸੀ। ਕਿਸਾਨਾਂ ਵੱਲੋਂ ਗੁਰਦਾਸਪੁਰ ਦੇ ਰੇਲਵੇ ਸਟੇਸ਼ਨ ਉੱਤੇ ਰੇਲਵੇ ਟਰੈਕ ਜਾਮ ਕਰ ਦਿੱਤਾ ਗਿਆ ਅਤੇ ਵੱਖ ਵੱਖ ਸੜਕਾਂ ਨੂੰ ਵੀ ਜਾਮ ਕਰ ਦਿੱਤਾ ਗਿਆ। ਰੇਲਵੇ ਸਟੇਸ਼ਨ ਦੇ ਖੜੇ ਪ੍ਰਵਾਸੀ ਮਜ਼ਦੂਰਾਂ ਨੇ ਕਿਹਾ ਕਿ ਲਗਾਤਾਰ ਮਿਹਨਤ ਕਰਨ ਦੇ ਬਾਅਦ ਹੀ ਕੁਝ ਕਮਾਉਂਦੇ ਹਨ ਅਤੇ ਆਪਣੇ ਪਿੰਡ ਜਾਣ ਲਈ ਨਿਕਲਦੇ ਨੇ, ਪਰ ਸਰਕਾਰ ਦੇ ਕਿਸਾਨਾਂ ਦੇ ਪ੍ਰਤੀ ਅਪਣਾਏ ਜਾ ਰਹੇ ਅੜੀਅਲੇ ਰਵੱਈਏ ਦੇ ਕਾਰਨ ਉਹਨਾਂ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ। ਮੁਸਾਫਰਾਂ ਨੇ ਇੱਕ ਸੁਰ ਹੋ ਕੇ ਕਿਹਾ ਕਿ ਕਿਸਾਨ ਅੰਨਦਾਤਾ ਹੈ ਅਤੇ ਸਰਕਾਰ ਨੂੰ ਇਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਦੇ ਲਈ ਦੇਰੀ ਨਹੀਂ ਕਰਨੀ ਚਾਹੀਦੀ। ਉੱਥੇ ਵੀ ਪੁਲਿਸ ਦੇ ਵੱਲੋਂ ਗੁਰਦਾਸਪੁਰ ਵਿੱਚ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਸਨ। SP ਨਵਜੋਤ ਸੰਧੂ ਨੇ ਦੱਸਿਆ ਕਿ ਵੱਡੀ ਗਿਣਤੀ ਵਿੱਚ ਪੁਲਿਸ ਬਲ ਤਾਇਨਾਤ ਕੀਤਾ ਗਿਆ ਅਤੇ ਵਿਸ਼ੇਸ਼ ਨਾਕੇ ਵੀ ਲਗਾਏ ਗਏ। ਮਜਨ, ਕੀ ਨਾਮ ਹੈ ਆਪਣਾ? ਸੰਨੀ ਕੁਮਾਰ। ਕੀ ਦਿੱਕਤ ਆ ਰਹੀ ਹੈ? ਦਿੱਲੀ ਜਾਣਾ ਸੀ ਐਮਰਜੈਂਸੀ ਅਤੇ ਕੱਲ੍ਹ ਅੱਜ ਦੀ ਟਿਕਟ ਹੋਈ ਦੀ ਆ। ਬਹੁਤ ਪਰੇਸ਼ਾਨੀ ਹੋ ਰਹੀ ਆ। 40-50 ਸਵਾਰੀਆਂ ਸਵੇਰੇ ਚਲੀ ਗਈਆਂ ਅਤੇ ਧਰਨਾ ਲਾ ਕੇ ਬੈਠੇ ਆ। ਪਰੇਸ਼ਾਨੀ ਤਾਂ ਬਹੁਤ ਹੈ। ਕੀ ਕਹਿਣਾ ਚਾਹੋਗੇ? ਇਹੀ ਕਹਿਣਾ ਚਾਹੁੰਦੇ ਹਾਂ ਕਿ ਟ੍ਰੇਨ ਤਾਂ ਵੈਸੇ ਚੱਲਣ ਦੇਣੀ ਚਾਹੀਦੀ ਆ, ਬੱਸਾਂ ਰੋਡ 'ਤੇ ਚਲੋ ਬੰਦ ਕੀਤੇ ਆ, ਇੱਕ ਟ੍ਰੇਨ ਦਾ ਜ਼ਰੀਆ ਤਾਂ ਰੱਖਣਾ ਚਾਹੀਦਾ ਸੀ। ਕਿਸੇ ਨੂੰ ਐਮਰਜੈਂਸੀ ਕਿਤੇ ਜਾਣਾ ਪੈ ਜੇ ਤਾਂ ਉਹਦਾ ਫਿਰ ਦਿੱਕਤ ਹੋ ਜਾਂਦੀ ਆ। ਰੇਲਵੇ ਸਟੇਸ਼ਨ ਵਾਲੇ ਕੀ ਕਹਿੰਦੇ ਆ? ਰੇਲਵੇ ਵਾਲੇ 2 ਵਾਰੀ ਹੋ ਕੇ ਆਏ ਆ, ਉਹ ਟੈਂਟ ਲਾ ਰਹੇ ਆ, ਬੰਦ ਕਰ ਰਹੇ ਟ੍ਰੇਨ ਦਾ ਰਸਤਾ, ਅਤੇ ਉਹ ਵੀ ਕਹਿੰਦੇ ਆ ਕਿ ਰਾਤੀ ਅੱਜ। ਕਿਉਂ ਬੰਦ ਕੀਤਾ ਗਿਆ? ਕਿਸਾਨਾਂ ਦੇ ਕਾਲਾ ਕਾਨੂੰਨ ਦੇ ਜਿਹੜੇ ਚੱਲ ਰਿਹਾ ਸਿਸਟਮ ਉਹਦੇ ਕਾਰਨ। ਤੁਹਾਨੂੰ ਕਿੰਨੀ ਪਰੇਸ਼ਾਨੀ ਆ ਰਹੀ ਹੈ? ਪਰੇਸ਼ਾਨੀ ਤਾਂ ਭਾਈ ਸਾਨੂੰ ਆਈ ਹੈ, ਜਾਣਾ ਜ਼ਰੂਰੀ ਹੈ ਸਾਡਾ। ਸਰਕਾਰਾਂ ਨੂੰ ਕੀ ਅਪੀਲ ਕਰਨਾ ਚਾਹੋ? ਸਰਕਾਰ ਨੂੰ ਇਹੀ ਕਹਿੰਦੇ ਹਾਂ ਕਿ ਜਲਦੀ ਇਹਨਾਂ ਦਾ ਫੈਸਲਾ ਕਰ ਦੇਣ ਅਤੇ ਆਮ ਬੰਦੇ ਨੂੰ ਵੀ ਜਰਾ ਉਹਨਾਂ ਦਾ ਵੀ ਸਿਸਟਮ ਸਹੀ ਹੋ ਜਾਵੇ। ਕਾਰੋਬਾਰ 'ਚ ਵੀ ਫਰਕ ਪੈ ਰਿਹਾ ਆਉਣ ਜਾਣ ਦਾ ਸਾਰਿਆਂ ਨੂੰ। ਅੱਗੇ ਬੱਸਾਂ 'ਚ ਵੀ ਜਾਂਦੇ ਸੀ ਅਤੇ ਸਿੰਧੂ ਬਾਰਡਰ ਵੀ ਬੰਦ ਕੀਤੇ ਦੇ, ਜਾਣ ਦੀ ਦਿੱਕਤ ਸਾਰੀ ਹੋ ਰਹੀ ਹੈ। ਭਜਨ, ਕਿਆ ਦਿੱਕਤ ਆਏਗਾ ਸਰ? ਹਮ ਲੋਕਾਂ ਟ੍ਰੇਨ ਜਾਣੇ ਕੇ ਲਈ ਟਾਈਮ ਨਹੀਂ ਦੇ ਰਹਾ। ਜਾਣਾ ਤਾਂ ਸਹਰਸਾ, ਟ੍ਰੇਨ ਟਾਈਮ ਟੂ ਨਹੀਂ ਟ੍ਰੇਨ ਖੁੱਲਤਾ ਹੈ। ਕਿਆ ਬੋਲਦੇ ਹੈ? ਪਤਾ ਨਹੀਂ, ਬੋਲ ਰਹਾ ਕਭੀ 4 ਵਜੇ, ਕਭੀ ਬੋਲ ਰਹਾ 6 ਵਜੇ, ਔਰ ਇਸ ਵਰਗ ਕਿਆ ਕਰੇਗਾ? ਕਿਉਂ ਬੰਦ ਕੀਆ ਗਿਆ ਪਤਾ ਲੱਗਾ ਕੁਛ? ਪਤਾ ਨਹੀਂ, ਕਦਾ ਹੜਤਾਲ ਆਏ ਕਰਾ ਇਸ ਮਤ ਜਾਏਗਾ। ਹਮ ਤਾਂ ਜਾਣਾ ਸਹਰਸਾ। ਕਿਆ ਪਰੇਸ਼ਾਨੀ ਪੈ ਰਹੀ ਹੈ? ਪਰੇਸ਼ਾਨੀ ਕਿਆ, ਟ੍ਰੇਨ ਨਹੀਂ ਚੱਲਤਾ ਇਸੀ ਕਰਕੇ ਸਵੇਰ 6 ਵਜੇ ਸੇ ਬੈਠਾ ਹੈ। ਜੀ ਸਰ, ਅੱਜ ਦੱਸ ਦਿਓ ਜੀ, ਬੰਦ ਐਲਾਨ ਕੀਤਾ ਗਿਆ ਕਿਸਾਨਾਂ ਵੱਲੋਂ, ਕੀ ਕੁਛ ਤਿਆਰੀਆਂ ਜਿਹੜੀ ਕੀਤੀਆਂ ਪੰਜਾਬ ਵੱਲੋਂ? ਅਸੀਂ ਆਪਾਂ ਪ੍ਰੋਪਰ ਸਿਕਿਉਰਿਟੀ ਅਰੇਂਜਮੈਂਟ ਕਰ ਦਿੱਤੇ ਆ। ਇਹਦੇ ਵਿੱਚ ਇਹਨਾਂ ਨੇ ਬੰਦ ਦਾ ਜਿਹੜਾ ਐਲਾਨ ਕੀਤਾ ਉਹਦਾ ਚਲੋ ਸਮਰਥਨ ਸਾਰੇ ਕਰ ਰਹੇ ਨੇ, ਪਰ ਜਿਹੜਾ ਸਾਡੇ ਵੱਲੋਂ ਆ, ਅਸੀਂ ਵੱਖ ਵੱਖ ਜਗ੍ਹਾ 'ਤੇ ਪੂਰੀ ਫੋਰਸ ਲਗਾਈ ਹੋਈ ਹੈ ਅਤੇ ਸਾਡੇ ਵੱਲੋਂ ਪੂਰਾ ਇੰਤਜ਼ਾਮ। ਧਾਰਾ 44 ਲਾਗੂ ਕੀਤੀ ਗਈ ਹੈ, ਜੇਕਰ ਉਲੰਘਣਾ ਕਰਦੇ ਕੀ ਸ਼ਕਲ ਆ? ਹਾਂਜੀ, ਉਹਦਾ ਤਾਂ ਫਿਰ ਜਿੱਦਾਂ DC ਸਾਹਿਬ ਵੱਲੋਂ ਕੀਤੀ ਗਈ, ਉਹ ਫਿਰ ਉਹਦਾ ਜੇ ਕੋਈ ਉਲੰਘਣਾ ਕਰੇਗਾ ਤਾਂ ਉਹਦੇ ਖਿਲਾਫ਼ ਕਾਰਵਾਈ। ਕੀ ਕੁਛ ਅਪੀਲ ਕਰ ਰਿਹਾ ਕਰਨਾ ਚਾਹੁੰਦੇ ਕਿਸਾਨਾਂ ਨੂੰ? ਅਪੀਲ ਇਹੀ ਕਹਾਂਗੇ ਕਿ ਸ਼ਾਂਤਮਈ ਤਰੀਕੇ ਨਾਲ ਕਰਨ, ਅਤੇ ਅਸੀਂ ਇਹਨਾਂ ਦੇ ਸਿਕਿਉਰਿਟੀ ਲਈ ਹੈਗੇ ਹਾਂ, ਸਾਰੇ ਆਪਾਂ ਲੋਕਾਂ ਦੀ ਸਿਕਿਉਰਿਟੀ ਲਈ ਬੈਠੇ ਹਾਂ ਇੱਥੇ, ਅਤੇ ਕਿਸੇ ਤਰ੍ਹਾਂ ਦੀ ਕੋਈ ਕਾਨੂੰਨ ਦੇ ਖਿਲਾਫ਼ ਜਾ ਕੇ ਕੋਈ ਕਰ ਰਹੇ ਹਾਂ। ਸਪੈਸ਼ਲ ਨਾਕੇ ਤਾਂ ਨਹੀਂ ਕੀਤੀ ਗਈ ਜਿਹੜੇ? ਹਾਂਜੀ, ਸਾਰੇ ਪਾਸੇ ਨਾਕੇ ਲੱਗੇ ਹੋਏ ਨੇ, ਪ੍ਰੋਪਰ ਸਿਕਿਉਰਿਟੀ ਅਰੇਂਜਮੈਂਟ ਹੈਗੇ। ਆਵਾਜ਼ੀ ਕੰਮ TV ਲਈ ਗੁਰਦਾਸਪੁਰ ਤੋਂ ਪੱਤਰਕਾਰ ਸਤਵਿੰਦਰ ਸਿੰਘ ਦੀ ਰਿਪੋਰਟ।